ਇਹ ਠੇਕੇਦਾਰ ਮੇਰੇ ਪਿੰਡ 'ਚ ਗੇੜੇ ਮਾਰਦੇ ਸੀਗੇ, ਨਿਤ ਮਾਰਦੇ ਸੀ ਗੇੜੇ। ਇਹ ਕੱਲ੍ਹ ਬੂਟਾ ਸਿੰਘ ਦੇ ਘਰ ਗਏ ਆ, ਪਹਿਲਾਂ ਕੋਈ ਬੰਦਾ ਨਹੀਂ ਗਿਆ ਉਹਨਾਂ ਦੇ ਨਾਲ, ਮੈਂ ਗਿਆ ਉਹਨਾਂ ਨੂੰ, ਮੈਂ ਨਹੀਂ ਦੱਸਿਆ ਮੈਂ ਸਰਪੰਚ ਹਾਂ, ਮੈਂ ਉਹਨਾਂ ਦੇ ਨਾਲ ਗਿਆ ਅੰਦਰ, ਤਲਾਸ਼ੀ ਦਵਾਈ ਸਾਰਾ ਕੁਛ। ਜਦੋਂ ਉੱਥੋਂ ਨਹੀਂ ਕੁਛ ਮਿਲਿਆ ਮੈਂ ਵਾਪਸ ਆਇਆ ਉਹਨਾਂ ਦੇ ਨਾਲ, ਉਹਨਾਂ ਨੂੰ ਮੈਂ ਪੁੱਛਿਆ ਵੀ ਤੁਹਾਨੂੰ ਕਿਹਨੇ ਭੇਜਿਆ, ਕੀ ਅੰਦਰੋਂ ਮਿਲਿਆ, ਦੱਸੋ ਮੈਨੂੰ। ਉਹ ਆਉਂਦੇ ਵੀ ਅਸੀਂ, ਸਾਨੂੰ ਕਿਸੇ ਨੇ CID ਕੀਤੀ ਤਾਂ ਆਏ ਹਾਂ ਅਸੀਂ। ਮੈਂ ਕਿਹਾ ਕੋਈ ਤੁਹਾਡੇ ਕੋਲ ਪਰੂਫ ਆ? ਦੇ ਕੋਈ ਸਾਡੇ ਕੋਲ ਪਰੂਫ ਨਹੀਂ ਗਿਆ। ਉਸ ਤੋਂ ਬਾਅਦ ਉਹਨਾਂ ਨੂੰ ਮੈਂ ਕਿਹਾ ਠੇਕੇਦਾਰ ਨੂੰ ਸੱਦੋ, ਫਿਰ ਤੁਹਾਨੂੰ ਜਾਣ ਦੇਵਾਂਗੇ, ਨਹੀਂ ਜਾਣ ਨਹੀਂ ਦਿੰਦੇ ਅਸੀਂ। ਉਸ ਤੋਂ ਬਾਅਦ ਉਹ ਰੌਲਾ ਪਾਈ ਗਏ, ਠੇਕੇਦਾਰ ਆ ਗਏ, ਉਹਨਾਂ ਨੂੰ ਮੈਂ ਕਿਹਾ ਤੁਸੀਂ ਬਾਹਰ ਨਿਕਲੋ ਗੱਡੀ 'ਚੋਂ। ਉਹ ਗੱਡੀ 'ਚੋਂ ਬਾਹਰ ਨਹੀਂ ਨਿਕਲਦੇ ਸੀਗੇ, ਉਹ ਆਉਂਦੇ ਵੀ ਗੱਡੀ ਸਾਈਡ 'ਤੇ ਲਾਉਂਦੇ ਆ, ਸਾਈਡ 'ਤੇ ਲਾਉਂਦੇ ਲਾਉਂਦੇ ਗੱਡੀ ਲੈ ਕੇ ਦਵਾ ਲਿਖੀ। ਕਿਹੜੇ ਮੈਂ ਕਿਵੇਂ ਦੇ ਅਫਸਰ ਸੀਗੇ, ਦੋਨੇ ਇੰਸਪੈਕਟਰ, ਉਹਨਾਂ ਨੂੰ ਅਸੀਂ ਕੁਛ ਨਹੀਂ ਕਿਹਾ ਗਾ। ਦੂਜੇ ਕਿਹੜੇ ਪੁਲਿਸ ਮੁਲਾਜ਼ਮ ਸੀ ਉਹਨਾਂ ਨੂੰ ਕੁਛ ਨਹੀਂ ਕਿਹਾ ਗਾ। ਕਿਹੜੇ ਦੂਜੇ ਮੁੰਡੇ ਸੀ ਉਹ ਗਲਤ ਫਲਤ ਬੋਲਦੇ ਸੀਗੇ, ਉਹਨਾਂ ਨੂੰ ਪਿੰਡ ਵਾਲਿਆਂ ਨੇ ਜੀ ਮਾਂਜਿਆ ਪੂਰਾ। ਐਂ ਨਹੀਂ ਵੀ ਮਾੜਾ ਮੋਟਾ ਮਾਂਜਿਆ, ਲੱਸੀ ਕੱਢਤੀ ਗਿਰਾਂ ਤਾਂ। ਮੁੜ ਕੇ ਤੀਆਂ 'ਤੇ ਸਾਡੇ ਬਹੁਤ ਹੈਰਾਨ ਕੀਤਾ ਬੁੜੀਆਂ ਕੁੜੀਆਂ, ਮਿਹਨਾਂ ਨੇ ਛੱਪੜ 'ਤੇ ਤੀਆਂ ਲੱਗਦੀਆਂ ਉੱਥੇ ਆ ਕੇ ਖੜ੍ਹ ਜਾਂਦੇ ਆ। ਫਿਰ ਪਿੰਡ 'ਚ ਦੂਜੇ ਤੀਜੇ ਦਿਨ ਗੇੜੇ ਮਾਰਦੇ ਇਹਨਾਂ ਨੂੰ, ਸਾਡੇ ਪਿੰਡ 'ਚੋਂ ਲੱਭਦਾ ਫੜੋ ਅਸੀਂ ਆਪ ਫੜਾਵਾਂਗੇ ਨਾਲ। ਪਹਿਲਾਂ ਆਪ ਦਾਰੂ ਸਿੱਟ ਕੇ ਜਾਂਦੇ ਆ, ਫਿਰ ਆ ਕੇ ਫੜਨ ਆਉਂਦੇ ਆ ਉਸ ਬੰਦੇ ਨੂੰ। ਇਹਨਾਂ ਦਾ ਕੰਮ ਨਿੱਤ ਤਾਂ ਇਹੀ ਚੱਲਦਾ ਸਾਡੇ ਪਿੰਡ 'ਚ। ਮੁੜ ਕੇ ਮੈਂ ਵੀ ਗੁਰਚਰਨ ਸਿੰਘ ਨੂੰ ਚੈੱਕ ਦਿੱਤਾ ਸੀਗਾ, ਠੇਕੇਦਾਰ ਵੀਰ ਚੰਦ ਨੇ ਮੂਹਰੇ ਏਕਾ ਲਾ ਕੇ 1 ਲੱਖ ਭਰ ਕੇ ਮੇਰੇ ਖਾਤੇ 'ਚ ਲਾਤਾ ਵੀ ਇਹ 'ਤੇ ਕੇਸ ਕਰਕੇ। ਹੁਣ ਮੇਰੇ ਉੱਤੇ ਰਾਬਟ ਪਵਾਈ ਆ ਫਰੀਦਕੋਟ, ਅਤੇ ਅਖਬਾਰਾਂ 'ਚ ਲਵਾਇਆ ਸਾਰਾ ਕੁਛ ਵੀ ਇਹ ਮੇਰੇ ਨਾਲ ਧੱਕਾ ਕਰ ਰਿਹਾ। ਅਤੇ ਇੱਕ ਦਿਨ ਆਇਆ ਸੀ ਧੱਕੇ ਨਾਲ ਬਾਹਰ ਗੱਡੀ ਖੜ੍ਹੀ ਸੀਗੀ, ਮੈਨੂੰ ਨਹੀਂ ਪਤਾ ਵੀ, ਮੈਨੂੰ ਰਾਹੁਲ ਦਾ ਦਰਸ਼ਨ ਸਰਪੰਚ ਦੱਸਦਾ ਸੀਗਾ ਵੀ ਤੈਨੂੰ ਚੱਕਣਾ 'ਤੇ ਆਏ ਸੀਗੇ ਨਜਾਇਜ਼ ਪਰਚਾ ਪਾਉਣ ਨੂੰ। ਇਹ ਵੀਰ ਚੰਦ ਕਰਾਉਂਦਾ ਸਭ ਕੁਛ, ਹੋਰ ਕੋਈ ਨਹੀਂ ਕਰਾਉਂਦਾ। ਕੱਲ੍ਹ ਕਿੰਨੇ ਬੰਦੇ ਸੀਗੇ ਉਹਨਾਂ ਦੇ ਨਾਲ? ਕੱਲ੍ਹ ਉਹਨਾਂ ਦੇ ਨਾਲ ਜੀ ਬੰਦੇ ਦਾ ਵਾਹਵਾ ਸੀ, ਪਿੰਡ ਦੇ ਵਿੱਚ ਤੁਰੇ ਫਿਰਦੇ ਸੀਗੇ। ਜਿਹੜੇ ਫੜੇ ਗਏ ਬੰਦੇ ਉਹ 2 ਫੜੇ ਗਏ ਉਹਨਾਂ ਦੇ। ਇਹ ਤੁਹਾਡੇ ਪਿੰਡ ਦੇ ਵਿੱਚ ਰੋਜ਼ ਗੇੜੇ ਮਾਰਦੇ ਸੀਗੇ? ਰੋਜ਼ ਰੋਜ਼ ਜੀ ਰੋਜ਼ ਹੈਰਾਨ ਕਰਦੇ। ਪਹਿਲਾਂ ਤੁਹਾਡੇ ਪਿੰਡ ਦੇ ਵਿੱਚ ਕੁਛ ਫੜਿਆ ਹੋਵੇ ਸ਼ਰਾਬ ਵਗੈਰਾ? ਨਹੀਂ, ਪਹਿਲਾਂ ਸਾਨੂੰ ਨਾ ਤਾਂ CID ਦਿੰਦੇ ਆ, ਨਾ ਸਰਪੰਚ ਨੂੰ ਸਾਧਦੇ ਆ, ਨਾ ਚੌਕੀਦਾਰ ਨੂੰ। ਕਿਸੇ ਤੋਂ ਕੁਛ ਨਹੀਂ ਫੜਿਆ ਜਾਂਦਾ ਗਾ, ਗੇੜੇ ਕੱਢ ਕੇ ਮੁੜ ਜਾਂਦੇ ਆ। ਸਾਡਾ ਚਾਰਾਂ ਜੀਆਂ ਦਾ ਨਿਸ਼ਕਾਨ ਹੋ ਗਿਆ ਸੀ ਉਹਨਾਂ ਦਾ ਹੋਵੇ, ਤੇ ਫਿਰ ਸਾਡੇ ਪਿੰਡ ਦੇ ਵਿੱਚ ਆਣ ਵੀ ਗੁੰਡਾਗਰਦੀ ਕਰਦੇ ਆ। ਜਦੋਂ ਕਰਦੇ ਆ ਜੇ ਕੁਛ ਨਿਕਲਦਾ ਨਹੀਂ ਤੇ ਕਿਉਂ ਕਰਦੇ ਆ? ਫਿਰ ਕੁੜੀਆਂ ਬੁੜੀਆਂ ਨੂੰ ਜਦੋਂ ਇਕੱਠ ਹੋ ਜਾਂਦਾ ਚੱਲ ਅਗਲਾ ਵੇਖਣ ਜਾ ਵੜਿੰਦਾ, ਕੋਈ ਮੰਦ ਚੰਗ ਬੋਲਦੇ ਆ, ਤੇ ਬਾਕੀ ਸ਼ਿਕਰ ਕੁਛ ਨਿਕਲਿਆ ਨਹੀਂ ਸੀ। ਤੇ ਸਾਡੀ ਹੱਥ ਬੰਨ ਕੇ ਇਹ ਬੇਨਤੀ ਆ ਕਿ ਅਸੀਂ ਇਸ ਪਿੰਡ ਵਿੱਚ ਜਿਹਦੇ ਘਰੇ ਵੀ ਪੁਲਿਸ ਆਊਗੀ ਤੇ ਅਸੀਂ ਬੁੜੀਆਂ ਨਾਲ ਕੁੱਟਾਂਗੇ, ਠੀਕ ਹੈ ਨਾ? ਸਾਡੀ ਹੱਥ ਬੰਨ ਕੇ ਬੇਨਤੀ ਇਹ ਆ ਵੀ ਜੇ ਆਉਣਾ ਸਾਡੇ ਪਿੰਡ ਵਿੱਚ ਪੁਲਿਸ ਨੂੰ ਵੀ ਸਾਡੀ ਬੇਨਤੀ ਇਹ ਆ ਕਿ ਵੀ ਜੇ ਸਾਡੇ ਪਿੰਡ ਵਿੱਚ ਆਉਣਾ ਤਾਂ ਸਾਡਾ ਸਰਪੰਚ ਜਾਂ ਸਾਡਾ ਕੋਈ ਮੈਂਬਰ ਹੋਵੇ ਜਾਂ ਸਾਡਾ ਕੋਈ ਹੋ ਚੌਂਕੀਦਾਰਾ ਹੋਵੇ ਉਹਦੇ ਨਾਲ ਆ ਕੇ CID ਲੈ ਕੇ ਫਿਰ ਸਾਡੇ ਬੰਦੇ ਨੂੰ ਫੜ ਸਕਦੇ ਆ, ਅਤੇ ਨਹੀਂ ਇਹ ਗੁੰਡਾਗਰਦੀ। ਅਤੇ ਇੰਨੀ ਹੱਥ ਬੰਨ ਕੇ ਬੇਨਤੀ ਆ ਅਤੇ ਅੱਜ ਤੋਂ ਬਾਅਦ ਅਸੀਂ ਕਰਨ ਨਹੀਂ ਦੇਣੀ। ਕਾਂਡਾਲੀ ਪਿੰਡ ਦੇ ਵਿੱਚ ਜੋ ਗੁੰਡਾਗਰਦੀ ਠੇਕੇਦਾਰਾਂ ਨੇ ਕੀਤੀ ਆ, ਸਾਡੀਆਂ ਮਾਵਾਂ ਭੈਣਾਂ ਨੂੰ ਬਹੁਤ ਹੀ ਐਸ ਉਹਨਾਂ ਬੋਲਿਆ ਗਿਆ ਜਿਹੜਾ ਕਿ ਸੁਣਯੋਗ ਨਹੀਂ ਸੀ, ਔਰ ਕਾਫੀ ਬੰਦਿਆਂ ਦੇ ਉੱਤੇ ਜੋ ਬੇਗਨਾ ਪੁਲਿਸ ਨੂੰ ਫੜਾ ਤੇ ਪਰਚੇ ਦੇਣ ਲੱਗੇ ਆ, ਔਰ ਮੇਰਾ ਖਿਆਲ ਅੱਧਾ ਪਿੰਡ ਕੇ 20-30 ਬੰਦਿਆਂ ਨੂੰ ਅਣਪਛਾਤਿਆਂ ਦੇ ਵਿੱਚ ਘੋਸ਼ਿਤ ਕੀਤਾ ਕਿ ਕਦੋਂ ਵੀ ਕਿਸੇ ਨੂੰ ਚੱਕ ਕੇ ਇਹਨਾਂ ਦੱਬੇ ਕੁਚਲੇ ਲੋਕਾਂ ਨੂੰ ਅਸੀਂ ਇਹਨਾਂ ਦੇ ਉੱਤੇ ਹਕੂਮਤ ਕਰਾਂਗੇ ਔਰ ਆਪਦਾ ਜ਼ੋਰ ਵਿਖਾਵਾਂਗੇ, ਗੁੰਡਾਗਰਦੀ ਕਰਾਂਗੇ। ਇਹਨਾਂ ਦੀਆਂ ਗੱਡੀਆਂ ਕਾਫੀ ਦਿਨਾਂ ਤੋਂ ਕੰਡ ਵਾਲੇ ਪਿੰਡ ਦੇ ਵਿੱਚ ਇਸ ਤਰ੍ਹਾਂ ਘੁੰਮ ਰਹੀਆਂ ਜਿਵੇਂ ਅੱਗ ਬੁਝਾਉਣ ਵਾਲੀਆਂ ਗੱਡੀਆਂ ਫਿਰਦੀਆਂ ਹੁੰਦੀਆਂ। ਤੀਆਂ ਦਾ ਤਿਉਹਾਰ ਆ, ਧੀਆਂ ਭੈਣਾਂ ਨੇ ਲੰਘਣਾ ਹੁੰਦਾ, ਸਕੂਲ ਵਾਲੇ ਬੱਚਿਆਂ ਨੇ ਲੰਘਣਾ ਹੁੰਦਾ, ਕਹਿੰਦੇ ਜੇ ਕੋਈ ਥੱਲੇ ਆ ਜੂਗਾ ਤਾਂ ਪੈਸਾ ਬਹੁਤ ਆ। ਇੱਥੇ ਪਿੱਛੇ ਜੇ ਆਪਣੇ ਪਿੰਡ ਝੱਖੜ ਵਾਲੇ ਦੇ ਵਿੱਚ ਇੱਕ ਗਰੀਬ
ਦਲਿਤ ਪਰਿਵਾਰ ਦਾ ਬੱਚਾ ਉਹ ਨੌਜਵਾਨ ਦਾ ਇਹਨਾਂ ਨੇ ਕਤਲ ਕਰਤਾ ਸ਼ਰੇਆਮ, ਔਰ ਕਹਿੰਦੇ ਆ ਅਸੀਂ ਪੈਸੇ ਦੇ ਕੇ ਸਮਝੌਤਾ ਕਰ ਲੈਂਦੇ ਹੁੰਦੇ ਹਾਂ। ਪਰ ਇਹਨਾਂ ਨੂੰ ਇਹ ਨਹੀਂ ਪਤਾ ਜਦੋਂ ਮਿਹਨਤ ਕਸ਼ਤੇ ਕਾਮੇ ਲੋਕ ਇਕੱਠੇ ਹੋ ਜਾਂਦੇ ਆ ਤਾਂ ਸਮਝੌਤੇ ਬਹੁਤ ਦੂਰ ਦੀ ਗੱਲ ਹੁੰਦੀ ਆ। ਹੁਣ ਭਰਾਵੋ ਇਹਨਾਂ ਦੇ ਖਿਲਾਫ ਆਪਾਂ ਨੂੰ ਇਸ ਗੁੰਡਾ ਅਨਸਰਾਂ ਦੇ ਔਰ ਸਿਆਸੀ ਲੋਕਾਂ ਦੇ ਖਿਲਾਫ ਇਕੱਠੇ ਹੋਣਾ ਪੈਣਾ, ਲਾਭਬੰਦ ਹੋਣਾ ਪੈਣਾ, ਕਿਉਂਕਿ ਬੇਰੁਜ਼ਗਾਰੀ ਬਹੁਤ ਪੰਜਾਬ ਦੇ ਵਿੱਚ ਵੱਧ ਗਈ ਆ। ਪੰਜਾਬ ਦੇ ਨੌਜਵਾਨ ਆ ਤੁਹਾਨੂੰ ਪਤਾ ਕਿਸ ਤਰ੍ਹਾਂ ਉਹਨਾਂ ਦੀ ਮੌਤ ਹੋ ਰਹੀ ਆ, ਕਿਸਾਨੀ ਦੀ ਮੌਤ ਹੋ ਰਹੀ ਆ, ਮਜ਼ਦੂਰ ਵਰਗ ਦੀ ਮੌਤ ਹੋ ਰਹੀ ਆ। ਲੇਕਿਨ ਇਹ ਚਾਹੁੰਦੇ ਆ ਪਹਿਲਾਂ ਇਹਨਾਂ ਦੀਆਂ ਕਰਤੂਤਾਂ ਦੇ ਵਜ੍ਹਾ ਨਾਲ ਸਾਡੇ ਪਿੰਡਾਂ ਦੇ ਮਾਹੌਲ ਖਰਾਬ ਹੋਏ ਆ। ਇਹਨਾਂ ਸਿਆਸੀ ਲੋਕਾਂ ਨੇ ਸਾਡੇ ਬੱਚਿਆਂ ਨੂੰ ਗਲਤ ਰਸਤੇ ਦੇ ਵਿੱਚ ਪਾਇਆ। ਹੁਣ ਆਪਾਂ ਨੂੰ ਇਕੱਲੇ ਇਕੱਲੇ ਮਾਰਨਾ ਖਾਓ, ਇਕੱਠੇ ਹੋਣਾ ਪੈਣਾ, ਆਪਣਾ ਰੁਜ਼ਗਾਰ ਆਪਣਾ ਹੱਕ ਇਹਨਾਂ ਤੋਂ ਖੋਣਾ ਪੈਣਾ, ਇਹਨਾਂ ਨੇ ਨਹੀਂ ਦੇਣਾ ਗਾ। ਆਪਣਾ ਹੱਕ ਖੋਣ ਵਾਸਤੇ, ਰੁਜ਼ਗਾਰ ਖੋਣ ਇਹਨਾਂ ਤੋਂ ਆਪਣਾ ਖੋਣ ਵਾਸਤੇ, ਮੰਗਣ ਵਾਸਤੇ ਆਪਾਂ ਨੂੰ ਇੱਕਮੁੱਠ ਹੋ ਕੇ ਹੋਣਾ ਪੈਣਾ। ਇੱਕਮੁੱਠ ਹੋ ਜਾਓ, ਲਾਭਬੰਦ ਹੋ ਜਾਓ, ਸਾਡੇ ਬੱਚਿਆਂ ਨੂੰ ਰੁਜ਼ਗਾਰ ਦਿੱਤੇ ਜਾਣ, ਸਾਨੂੰ ਕਿਰਤ ਦਿੱਤੀ ਜਾਵੇ, ਸਾਨੂੰ ਰੋਟੀ ਦਿੱਤੀ ਜਾਵੇ, ਸਾਡਾ ਚੁੱਲ੍ਹਾ ਬਾਲਦਾ ਕੀਤਾ ਜਾਵੇ, ਔਰ ਕੋਈ ਵੀ ਬੱਚਾ ਕੋਈ ਵੀ ਇਨਸਾਨ ਕਿਸੇ ਵੀ ਗਲਤ ਕੰਮ ਵੱਲ ਨਹੀਂ ਝਾਕਦਾ ਗਾ। ਔਰ ਇਹਨਾਂ ਦੀਆਂ ਮਜਬੂਰੀਆਂ, ਇਹਨਾਂ ਨੂੰ ਆਪਣੀਆਂ ਮਜਬੂਰੀਆਂ ਦਾ, ਹੁਣ ਕਹਿੰਦੇ ਇਲੈਕਸ਼ਨ ਆਉਂਦੇ ਆ ਅੱਗੇ 200-200 ਰੁਪਈਆ ਦੇਵਾਂਗੇ ਬੋਤਲ ਬੋਤਲ ਸ਼ਰਾਬ ਦੀ, ਇਹਨਾਂ ਨੂੰ ਖਰੀਦ ਲਾਂਗੇ। ਪਰ ਭਰਾਵੋ ਹੁਣ ਅਸੀਂ ਜਾਗ ਪਏ, ਅਸੀਂ ਐਂ ਖਰੀਦੇ ਨਹੀਂ ਜਾਣੇ ਇਹਨਾਂ ਦੇ, ਆ ਇਹਨਾਂ ਨੂੰ ਮੈਸੇਜ ਦੇਣ ਵਾਸਤੇ, ਇਹਨਾਂ ਨੂੰ ਸੁਨੇਹਾ ਦੇਣ ਵਾਸਤੇ ਇੱਥੇ ਇਕੱਠੇ ਹੋਏ ਹਾਂ। ਅਗਲੇ ਸੰਘਰਸ਼ ਦੀ ਜਿਹੜੀ ਅਗਲੀ ਰੂਪ ਰੇਖਾ ਉਹ ਆਉਣ ਵਾਲੇ ਸਮੇਂ 'ਚ ਵਿਚਾਰ ਕਰਕੇ ਉਹ ਉਲੀਕੀ ਜਾਊਗੀ। ਇਹਨਾਂ ਨੂੰ ਦੱਸਾਂਗੇ ਵੀ ਅਸੀਂ ਵਿਕਾਊ ਨਹੀਂ, ਅਸੀਂ ਦੱਬੇ ਕੁਚਲੇ ਨਹੀਂ, ਅਸੀਂ ਜਾਗ ਪਏ ਹਾਂ। ਜੇ ਅਸੀਂ ਜਾਗੇ ਹਾਂ ਤਾਂ ਬਾਦਲ 5 ਵਾਰੀ ਮੁੱਖ ਮੰਤਰੀ ਬਣਨ ਵਾਲਾ ਉਹ ਬੈਠਾ ਥੱਲੇ, ਅੱਜ ਕੇ ਵਿਰੋਧੀ ਧਿਰ ਦੇ ਵਿੱਚ ਵੀ ਹੈ ਨਹੀਂ। ਜੇ ਅਸੀਂ ਜਾਗੇ ਹਾਂ ਤਾਂ ਕੈਪਟਨ ਨੇ ਬਠਿੰਡੇ ਦੇ ਵਿੱਚ ਮੀਡੀਆ 'ਤੇ ਆਇਆ, ਗੋਟਕਾ ਸਾਹਿਬ ਦੀ ਆਪਣੇ ਗੁਰੂ ਸਾਹਿਬ ਦੀ ਸਹੁੰ ਖਾਧੀ ਸੀ ਵੀ 4 ਹਫ਼ਤਿਆਂ 'ਚ ਨਸ਼ਾ ਖਤਮ ਕਰੂੰ ਅਤੇ ਘਰ ਘਰ ਰੁਜ਼ਗਾਰ ਦਿਊਂ, ਨੌਕਰੀ ਦਿਊਂ, ਸਮਾਰਟ ਫੋਨ ਦਿਊਂ, ਜੇ ਕਿਸੇ ਨੂੰ ਮਿਲਿਆ ਤਾਂ ਬਾਂਹ ਖੜੀ ਕਰਕੇ ਵਿਖਾ ਦਿਊਂ, ਉਹ ਤੋਂ ਵੀ ਹਿਸਾਬ ਲੈਣਾ। ਇਹ ਸਾਰਾ ਸਿਆਸੀ ਲੋਕਾਂ ਦਾ ਅਤੇ ਪ੍ਰਸ਼ਾਸਨ ਦਾ ਅਤੇ ਗੁੰਡਾ ਅਨਸਰਾਂ ਦਾ ਗੱਠਜੋੜ ਆ, ਇਹਨੂੰ ਤੋੜਨ ਵਾਸਤੇ ਇਕੱਠੇ ਹੋਏ ਹਾਂ। ਇਸ ਕਰਕੇ ਜੋ ਕੱਲ੍ਹ ਘਟਨਾ ਵਾਪਰੀ ਆ ਬਹੁਤ ਮੱਧਭਾਗੀ ਘਟਨਾ, ਔਰ ਉਸ ਘਰ ਦੇ ਵਿੱਚੋਂ ਇੱਕ ਪਊਆ ਵੀ ਸ਼ਰਾਬ ਦਾ ਨਹੀਂ ਮਿਲਿਆ, ਪੰਜਾਬ ਦੀ ਸ਼ਰਾਬ ਦਾ ਵੀ ਨਾ ਮਿਲਿਆ। ਦਾਅਵੇ ਨਾਲ ਕਹਿਣ ਨੂੰ ਤਿਆਰ ਹਾਂ, ਪਿੰਡ 'ਚੋਂ ਇੱਕ ਬੰਦਾ ਵੀ ਗੁਰੂ ਗ੍ਰੰਥ ਸਾਹਿਬ ਦੀ ਸਹੁੰ ਕਹਿ ਕੇ ਖਾਣ ਨੂੰ ਤਿਆਰ ਆ ਵੀ ਉਸ ਘਰ ਦੇ ਵਿੱਚੋਂ ਪਊਆ ਵੀ ਸ਼ਰਾਬ ਦਾ। ਜਿਹੜੇ ਮੁੰਡੇ ਗੁਆਲ ਸਿੰਘ ਨੂੰ ਚੱਕਿਆ ਗਿਆ ਉਹਨੂੰ ਰਸਤੇ 'ਚੋਂ ਚੱਕਿਆ ਗਿਆ, ਕੁਛ ਨਹੀਂ ਮਿਲਿਆ ਉਹਦੇ ਘਰੋਂ, ਉਹਨੂੰ ਥਾਣੇ 'ਚ ਭਾਈ ਬੈਠੇ, ਉਹਦੇ 'ਤੇ ਪਹਿਲਾਂ ਵੀ ਪਰਚੇ ਹੋਏ ਆ। ਜੇ ਅੱਜ ਬੰਦਾ ਕੋਈ ਮੁੱਖ ਧਾਰਾ 'ਚ ਆਉਣਾ ਚਾਹੁੰਦਾ, ਮਾੜਾ ਕੰਮ ਛੱਡਣਾ ਚਾਹੁੰਦਾ ਜਾਣੇ ਅਣਜਾਣੇ 'ਚ, ਉਹ ਤੋਂ ਇਹਨਾਂ ਦੇ ਚਹੇਤਿਆਂ ਨੇ ਕਰਾਇਆ, ਉਹਨੂੰ ਆਪਦਾ ਵਧੀਆ ਜੀਵਨ ਬਤੀਤ ਨਹੀਂ ਕਰਨ ਦਿੰਦੇ। ਉਹਦੇ ਘਰੇ ਬੈਠੇ ਦੇ ਬਾਰ ਬਾਰ ਸੜਕ ਤੋਂ ਫੜ ਕੇ ਬਾਰ ਬਾਰ ਪਰਚੇ ਦਿੰਦੇ ਉਹਦੇ 'ਤੇ ਵੀ ਤੂੰ ਕਰ ਇਹ ਕੰਮ, ਲੇਕਿਨ ਉਹਨੂੰ ਆਮ ਜੀਵਨ ਆਪਦਾ ਬਤੀਤ ਨਹੀਂ ਕਰਨ ਦਿੰਦੇ। ਕਿਸੇ ਟਾਈਮ 'ਚ ਕਿਸੇ 10-20 ਸਾਲ ਪਹਿਲਾਂ ਤੂੰ ਸ਼ਰਾਬ ਵੇਚਦਾ ਸੀ, 10-20 ਸਾਲ ਪਹਿਲਾਂ ਤੂੰ ਫੀਮ ਵੇਚਦਾ ਸੀ, ਉਹ ਜੇ ਵੇਚਦਾ ਸੀ ਉਹਨੇ ਭੁਗਤ ਲਈ, ਪਰ ਅੱਜ ਦੱਸੋ ਕੀ ਵੇਚਦਾ, ਅੱਜ ਕੀ ਬਰਾਮਦ ਹੋਇਆ ਕਿਹੜੇ ਬੰਦੇ ਤੋਂ, ਜਿਹੜੀ ਚੀਜ਼ ਬਰਾਮਦ ਹੋਈ ਆ ਉਹ ਇੱਥੇ ਲਿਆਉਣ, ਜਦੋਂ ਬਰਾਮਦਗੀ ਨਹੀਂ ਹੋਈ ਤਾਂ ਪਰਚਾ ਕਾਹਦਾ। ਜਦੋਂ ਐਕਸਾਈਜ਼ ਦੇ ਮੁਲਾਜ਼ਮਾਂ ਨੂੰ, ਪੁਲਿਸ ਦੇ ਮੁਲਾਜ਼ਮਾਂ ਨੂੰ ਕੋਈ ਫਾਲਤੂ ਲਫ਼ਜ਼ ਨਹੀਂ ਬੋਲਿਆ, ਉਹਨਾਂ ਦੀ ਸ਼ਾਨ ਦੇ ਖਿਲਾਫ਼ ਨਹੀਂ ਬੋਲਿਆ, ਅਤੇ ਸਰਕਾਰੀ ਡਿਊਟੀ ਦੇ ਵਿੱਚ ਵਿਘਣ ਕਾਹਦਾ, ਜਿਹੜੇ ਉਹਨਾਂ ਦੇ ਗੁੰਡੇ ਸੀ ਉਹਨਾਂ ਨੂੰ ਪਤਾ ਨਹੀਂ ਬੋਲਣ ਦਾ, ਉਹ ਗਲਤ ਬੋਲੇ, ਸਾਡੀਆਂ ਮਾਵਾਂ ਧੀਆਂ ਖੜੀਆਂ ਸੀ, ਉਹਨਾਂ ਨੇ ਆਪਦੀ ਕੀਤੀ ਦਾ ਫਲ ਪਾਇਆ, ਅਤੇ ਸਰਕਾਰੀ ਡਿਊਟੀ 'ਚ ਕਾਹਦਾ ਵਿਘਣ ਬਈ। ਠੇਕੇਦਾਰਾਂ ਦੀ ਗੁੰਡਾਗਰਦੀ ਨਹੀਂ ਚੱਲੂਗੀ, ਠੇਕੇਦਾਰਾਂ ਦੀ ਗੁੰਡਾਗਰਦੀ ਨਹੀਂ ਚੱਲੂਗੀ।